ਸਬੂਤ ਹੈ ਕਿਉਂਕਿ ਮੇਰੇ ਸਾਹਮਣੇ ਸਾਕਸ਼ੀ ਹੁੰਦੇ ਹਨ, ਕਿਉਂਕਿ ਮੈਂ ਇਹਨਾਂ ਤੋਂ ਗੀਤ ਕੁਛ ਕਈ ਵਾਰੀ ਆਪਣੀ ਭਾਵੁਕਤਾ ਦੇ ਵਿੱਚ ਅੱਗੇ ਵੀ ਨਿਕਲ ਜਾਂਦਾ, ਉਡਾਨ ਬਹੁਤ ਲੰਬੀ ਹੋ ਜਾਂਦੀ, ਫਿਰ ਕਹਿੰਦੇ ਭਾਈ ਥੱਲੇ ਆ ਜਾਂਦਾ ਹੈ ਕੁਛ ਜ਼ਿਆਦਾ ਹੋ ਗਿਆ, ਤਾਂ ਫਿਰ ਉਹ ਜ਼ਿਆਦਾ ਦੇ ਚੱਕਰ, ਕਿਉਂਕਿ ਕ੍ਰਿਟਿਕ ਜਿਹੜਾ ਸਹੀ ਤਰੀਕੇ ਨਾਲ ਜਿਹੜਾ ਹੋਣਾ ਹੈ ਕ੍ਰਿਟਿਸਿਜ਼ਮ, ਉਹ ਵੀ ਬਹੁਤ ਜ਼ਰੂਰੀ, ਉਹ ਤੁਹਾਨੂੰ ਬੈਲੈਂਸ ਆਏ ਤਕੜੀ ਬਰਾਬਰ। ਹਾਂਜੀ ਭਾਜੀ, ਮਤਲਬ ਅਸੀਂ ਸਾਰੇ ਬਹੁਤ ਸਤਿਕਾਰ ਕਰਦੇ ਹਾਂ, ਸਾਰੇ ਪੰਜਾਬੀ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਤੁਹਾਡਾ ਬਹੁਤ ਸਤਿਕਾਰ ਹੈ। ਅੱਜ ਕੱਲ੍ਹ ਇਹ ਟ੍ਰੈਂਡ ਚੱਲਦਾ ਹੈ ਕਿ ਸਟੇਜ ਸ਼ੋਅ ਦੇ ਦੌਰਾਨ ਤੁਹਾਡਾ ਜੋ ਇੰਸੀਡੈਂਟ ਵਾਪਰ ਰਿਹਾ, ਅੱਜ ਕੱਲ੍ਹ ਤਾਂ ਸਟੇਜ ਸ਼ੋਅ 'ਤੇ ਸਿੰਗਰ ਗਾਲਾਂ ਹੀ ਕੱਢੀ ਜਾਂਦੇ ਆ, ਉਹ ਲੋਕ ਐਕਸੈਪਟ ਕਰ ਲੈਂਦੇ ਆ, ਪਰ ਤੁਸੀਂ ਤਾਂ ਕੋਈ ਇੱਦਾਂ ਦਾ ਕਿਹਾ ਨਹੀਂ ਸੀ, ਬੇਸ਼ੱਕ ਪ੍ਰਵੋਕ ਕੀਤਾ ਗਿਆ ਤੁਹਾਨੂੰ, ਪਰ ਮੈਂ ਉਹੀ ਕਹਿ ਰਿਹਾ ਕਿ ਗੁਰਦਾਸ ਮਾਨ ਹੀ ਕਿਉਂ, ਕੀ ਇਹਦੇ ਪਿੱਛੇ ਕੋਈ ਆਈ ਟੀ ਸੈੱਲ ਜਾਂ ਇਹਦੇ ਪਿੱਛੇ ਕੋਈ ਹੈਗਾ ਸੀਗਾ, ਜਾਂ ਤੁਹਾਨੂੰ ਲੱਗਦਾ ਕਿ ਐਸਾ ਕੁਛ ਨਹੀਂ, ਬੰਦੇ ਦੀ ਆਪਣੀ ਭਾਵੁਕਤਾ ਹੈ, ਆਪਣੇ ਬੰਦੇ ਦੇ ਜਜ਼ਬਾਤ ਹੈ, ਜਦੋਂ ਕੋਈ ਤੁਹਾਡੇ ਨਾਲ ਕੋਈ ਤਿੱਖੀ ਗੱਲ ਕਰੇਗਾ, ਹਰ ਬੰਦਾ ਇਨਸਾਨ ਹੈ, ਔਰ ਅੱਜ ਕੱਲ੍ਹ ਜਿਹੜਾ ਹੈ ਥੋੜ੍ਹਾ ਜਿਹਾ ਪੇਸ਼ੈਂਸ ਬੰਦੇ ਦੇ ਵਿੱਚ ਬਹੁਤ ਕੰਮ ਹੋ ਗਿਆ, ਕਿਉਂਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਇਸ ਦੇ ਤੂਫਾਨ ਵਿੱਚੋਂ ਨਿਕਲ ਰਹੀ ਹੈ, ਕਿਉਂਕਿ ਪੇਸ਼ੈਂਸ ਉਹਨਾਂ ਕੋਲ ਹੈ ਨਹੀਂ, ਉਹਨਾਂ ਕੋਲ ਸਿਰਫ ਮੋਬਾਈਲ ਹੈ, ਔਰ ਮੋਬਾਈਲ ਦੇ ਵਿੱਚ ਉਹ ਜੋ ਕੁਛ ਦੇਖਦੇ ਆ, ਜੋ ਕੁਛ ਗੱਲਾਂ ਹੁੰਦੀਆਂ, ਉਹ ਸਾਰੀਆਂ ਅਸਰ ਕਰਦੀਆਂ ਇਹਦੇ 'ਤੇ, ਔਰ ਉਹ ਜਿਹੜਾ ਅਸਰ ਹੈ ਮੇਰਾ ਖਿਆਲ ਹੈ ਉਹਨਾਂ ਦੀ ਜ਼ੁਬਾਨ 'ਤੇ ਵੀ ਰਹਿੰਦਾ ਹੋਵੇਗਾ। ਮਾਨ ਸਾਹਿਬ, ਕਾਫੀ ਦੇਰ ਤੋਂ ਫਿਲਮ ਦਾ ਇੰਤਜ਼ਾਰ ਵੀ ਤੁਹਾਡੇ ਆਉਣ ਵਾਲਿਆਂ ਵੱਲੋਂ ਕੀਤਾ ਜਾ ਰਿਹਾ, ਅਤੇ ਆਉਣ ਵਾਲੇ ਸਮੇਂ 'ਚ ਕੋਈ ਫਿਲਮ ਦੇਖਣ ਨੂੰ ਮਿਲੂਗੀ? ਮੇਰੀ ਲੜਕੀ ਜੁੱਤੀ, ਕਹਿੰਦੀ ਜੁੱਤੀ ਮਾਰ ਆਪਣੇ ਖਸਮ ਦੇ ਸਿਰ, ਖਸਮ ਮਾਰੇ ਤੇਰਾ ਨੀ ਤੇਰਾ ਨੀ ਤੇਰਾ, ਲੜਾਈ ਜ਼ਰੂਰ ਹੋ ਗਈ। ਗੱਲ ਜ਼ਰੂਰ ਜਾਣਨੀ ਚਾਹੁੰਦਾ ਕਿ ਬੇਟੇ ਬੇਟਾ ਜੀ ਹੁਣ ਕਿਵੇਂ ਨੇ? ਪਹਿਲੀ ਮੁਲਾਕਾਤ ਯਾਦ ਹੈ, ਕਿਉਂਕਿ ਇੱਕ ਯਕੀਨ ਬਣਦਾ, ਉਸ ਤੋਂ ਬਾਅਦ ਹੀ ਅਸੀਂ ਇਕੱਠੇ ਕੰਮ ਕਰਦੇ ਹਾਂ। ਬਿਲਕੁਲ 2013 ਦੇ ਵਿੱਚ ਛੁੱਟੀ ਹੈ, 2013 ਦੇ ਵਿੱਚ ਰੋਟੀ ਐਲਬਮ ਅਸੀਂ ਕੀਤੀ ਸੀ, ਫਿਰ ਸਾਨੂੰ ਮੌਕਾ ਮਿਲਿਆ 2014 ਦੇ ਵਿੱਚ, ਅਤੇ ਉਸ ਵੇਲੇ ਫਿਰ ਮਾਨ ਸਾਹਿਬ ਜੋ ਮੈਨੂੰ ਥੋੜ੍ਹਾ ਬਹੁਤ ਮੇਰੀ ਮੈਮਰੀ ਬਹੁਤ ਘੱਟ ਹੈ, ਅਤੇ ਉਸ ਵੇਲੇ ਮੈਂ ਇਹਨਾਂ ਨੂੰ ਮਿਲਿਆ ਸੀ, ਪ੍ਰੈਸ ਕਾਨਫਰੰਸ ਸੀ ਅਤੇ JW ਬੈਰਕ ਦੇ ਵਿੱਚ, ਉੱਥੇ ਫਿਰ ਮੈਂ ਇੰਟਰੈਕਸ਼ਨ ਕੀਤਾ ਸੀ। ਰੂਬੀ ਭਾਜੀ ਮੇਰੇ ਵੱਡੇ ਬ੍ਰਦਰ ਹੁੰਦੇ ਨੇ, ਉਹ ਬੰਬੇ ਹੁੰਦੇ ਸੀ, ਅੱਜ ਕੱਲ੍ਹ ਬਾਹਰ ਨੇ, ਉਹਨਾਂ ਦਾ ਇੰਟਰੈਕਸ਼ਨ ਮਨਜੀਤ ਮੈਡਮ ਨਾਲ ਔਰ ਖਾਨ ਸਾਹਿਬ ਨਾਲ ਚਾਹੀਦਾ, ਕਿਉਂਕਿ ਬੰਬੇ ਰਿਲੇਟਿਡ ਦੇ ਵਿੱਚ ਉਹ ਬਹੁਤ ਆਉਂਦੇ ਹਨ। ਹਾਂ, ਰੂਬੀ ਭਾਜੀ ਜਦੋਂ ਸਾਡੇ ਕੋਲ ਆਏ ਸੀ, ਰੂਬੀ ਭਾਜੀ ਅਸੀਂ ਬਹੁਤ
ਉੱਥੇ ਸਪੈਂਡ ਕਰਦੇ ਹਾਂ। ਮੇਰਾ ਇੱਕ ਪ੍ਰੋਜੈਕਟ ਸੀ ਅਤੇ ਮੇਰੀ ਕਿਸੇ ਕੰਪਨੀ ਨਾਲ ਗੱਲਬਾਤ ਹੋ ਚੁੱਕੀ ਸੀ, ਪ੍ਰੋਜੈਕਟ ਰਿਲੀਜ਼ ਹੈ ਐਂਡ ਕੁਛ ਪ੍ਰੋਬਲਮ ਹੋ ਗਈ ਐਂਡ ਆਈ ਜਸਟ ਕਾਲ ਰੂਬੀ ਜੀ, ਮੈਂ ਰੂਬੀ ਜੀ ਇਸ ਤਰ੍ਹਾਂ ਸਾਹ ਹੈਗਾ ਕਹਿੰਦੇ ਲੋਕ ਆਉਣ ਨੂੰ ਤੁਸੀਂ ਕਰਦੇ ਹਾਂ, ਰੂਬੀ ਜੀ ਆ ਗਏ, ਪੈਸੇ ਵੀ ਲੈ ਕੇ ਆ ਗਏ, ਲੇਕਿਨ ਜਿਹੜੇ ਹਫ਼ਤੇ ਮੇਰੇ ਘਰ ਪਰ ਚਲੇ ਉਹ ਠੀਕ ਹੋ ਗਏ। ਅਤੇ ਮੈਂ ਰੂਬੀ ਜੀ ਨੂੰ ਪ੍ਰੋਮਿਸ ਕੀਤਾ ਕਿ ਰੂਬੀ ਜੀ ਇਸ ਟਾਈਮ ਤਾਂ ਨਹੀਂ, ਲੇਕਿਨ ਅਸਰ ਜੀ ਸਾਡੇ ਨੇ ਲੋਕਡਾਊਨ ਉਹਨਾਂ ਨੇ ਕਿਸੇ ਚੀਜ਼ ਦਾ ਮੈਨੂੰ ਨਾਂ ਨਹੀਂ ਕੀਤਾ ਐਂਡ ਮਤਲਬ ਉਸ ਚੀਜ਼ ਦਾ ਸੀ ਕਿ ਅਸੀਂ ਉਹਨਾਂ ਨਾਲ ਕੰਮ ਬਣਾ ਪਾਈ ਗੱਲ, ਕਿਉਂਕਿ ਉਸ ਟਾਈਮ ਖੜ੍ਹੇ ਹੋ ਗਏ ਸੀ ਤਾਂ ਮੈਨੂੰ ਪ੍ਰੋਬਲਮ ਸੀ। ਅਤੇ ਉਸ ਤੋਂ ਬਾਅਦ ਜਤਿੰਦਰ ਸ਼ਾਹ ਜੀ ਨੂੰ ਇੰਟਰੋਡਿਊਸ ਕਰਨ ਵਾਲੇ ਵੀ ਰੂਬੀ ਜੀ ਸੀ, ਉਹ ਵੀ ਸਾਡੇ ਘਰ ਨੂੰ ਲੈ ਕੇ ਆਏ ਸੀ ਰੂਬੀ ਜੀ, ਉੱਥੋਂ ਸਾਰਾ ਫਿਰ ਸਿਲਸਿਲਾ ਸ਼ੁਰੂ ਹੋਇਆ। ਔਰ ਇਸ ਐਲਬਮ ਦਾ ਰੂਬੀ ਦਾ ਵੀ ਸ਼ਾਹ ਜੀ ਨੇ ਦਿੱਤਾ ਸੀ, ਉਸ ਤੋਂ ਬਾਅਦ ਕੀ ਬਣ ਦੁਨੀਆ ਦਾ ਗਾਣਾ ਉਹ ਸ਼ਾਹ ਜੀ ਨੇ ਕੀਤਾ ਸੀ, ਉਹ ਸ਼ਾਹ ਜੀ ਜੀ ਉਹਨਾਂ ਨੇ ਹਾਂ ਮਤਲਬ ਕਿ ਦਲਜੀਤ ਵੀ ਚਾਹੁੰਦਾ ਸੀ, ਮੇਰੇ ਕੋਲ ਭਾਲੇ ਚਾਹੁੰਦੇ ਸੀ ਬੜੀ ਦੇਰ ਤੋਂ ਪਿੱਛੇ ਲੱਗੇ ਹੋਏ ਸੀ, ਉਹ ਕਮਲੀ ਜਾ ਕੇ ਕਮਲੀ ਕਰਨਾ ਚਾਹੁੰਦੇ ਸੀ, ਫਿਰ ਉਸ ਤੋਂ ਬਾਅਦ ਹੋਰ ਅਗਰ ਉਹ ਨਹੀਂ ਕਰਨਾ ਦੈਨ ਇਹ ਡਿਸਾਈਡਿਡ ਕਿ ਜਦੋਂ ਦਲਜੀਤ ਤੋਂ ਪੁੱਛਿਆ ਗਿਆ ਉਹਨੇ ਕਿਹਾ ਕਿ ਹਾਂ ਕੀ ਬੜੀ ਦੁਨੀਆ ਨਾਲ ਚਾਹੁੰਦੇ ਐਂਡ ਸ਼ਾਹ ਜੀ ਨੇ ਜੋ ਕੀਤਾ ਅਸੀਂ ਮਤਲਬ ਤਿੰਨ ਦਿਨ ਚੋਂ ਗਾਣਾ ਮਤਲਬ ਸ਼ਾਹ ਜੀ ਨੇ ਮਾਨ ਸਾਹਿਬ ਐਂਡ ਦਲਜੀਤ ਅਫਕੋਰਸ ਬੜਾ ਮੁਸ਼ਕਿਲ ਹੁੰਦਾ ਜਲਦੀ ਬੋਲੋ ਮੈਂ ਉਹ ਕਰ ਦਿੱਤਾ ਉਹਨੇ ਕਿਹਾ ਸੀ ਮੈਂ ਤੁਸੀਂ ਕਹੋ ਜੋ ਤੁਸੀਂ ਬੋਲੋ ਮੈਂ ਉਹ ਕਰ ਦਿੱਤਾ ਉਹਨਾਂ ਨੇ ਕੋਈ ਹਿੱਸਾ ਨਹੀਂ ਕੀਤਾ ਪਰ ਸ਼ਾਹ ਜੀ ਵਾਸਤੇ ਡਿਫਿਕਲਟ ਟੂ ਆਰਟਿਸਟ ਦੋ ਆਰਟਿਸਟ ਦੋਨੋਂ ਉਹਨਾਂ ਨੂੰ ਦੋਨੋਂ ਉਹਨਾਂ ਨੂੰ ਪਿਆਰ ਕਰਦੇ ਦੋਨਾਂ ਦੀ ਮਦਦ ਕਰਦੇ ਆ ਔਰ ਉਹਨਾਂ ਨੂੰ ਮੈਨੇਜ ਕਰ ਦਿੱਤਾ ਬਟ ਇਸ ਤਰ੍ਹਾਂ ਸਭ ਕੁਛ ਵਧੀਆ ਤਰੀਕੇ ਨਾਲ ਹੋ ਗਿਆ। ਉਹਦੇ ਵਿੱਚ ਦੋ ਲਾਈਨਾਂ ਜਿਹੜੀਆਂ ਐਡ ਹੋਈਆਂ ਮੇਰੀਆਂ ਗਾਈਆਂ ਵੀ ਸੀ, ਉਹ ਜੈਦੇਵ ਜੀ ਨੇ ਗਾਣਾ ਕੀਤਾ ਸੀ, ਪਿੰਡ ਦੇ ਦੂਰ ਪਿਛਾਉਣਾ ਵਾਗੇ ਦੇ ਬਾਰਡਰ 'ਤੇ ਰਾਹ ਪੁੱਛ ਵੀ ਰਹਾ, ਉਹ ਦੋ ਲਾਈਨਾਂ ਇੱਕ ਸਾਨੂੰ ਸੌਦਾ ਨਹੀਂ ਪੁੱਛਦਾ ਰਾਵੀ ਤੋਂ ਚਨਾਹ ਪੁੱਛਦਾ ਕੀ ਹਾਲ ਹੈ ਸਭ ਤੋਂ ਇਹਨਾਂ ਦੇ ਵਿੱਚ ਮੈਂ ਤਾਂ ਗਾ ਕੇ ਸੁਣਾਉਂਦਾ ਜਿਹਦਾ ਪੂਰਾ ਗਾ ਸਕਦਾ ਪਰ ਮੈਂ ਨੱਚਣ ਲੱਗ ਜਾਂਦਾ, ਮੈਨੂੰ ਬਸ ਆਡੀਅੰਸ ਚਾਹੀਦੀ ਹੁੰਦੀ ਹੈ, ਪਿਆਰ ਕਰਨ ਵਾਲੇ ਸੱਜਣ ਵੀ ਚਾਹੀਦੇ। ਅੱਛਾ ਮੈਂ ਜਦੋਂ ਵੀ ਦੂਰਦਰਸ਼ਨ 'ਤੇ ਜਦੋਂ ਗਾਇਆ ਨਾ ਉਹ ਮੈਨੂੰ ਕਹਿੰਦੇ ਵੀ ਤੁਸੀਂ ਸ਼ੁਰੂ ਹੋ ਜਾਓ ਆਪ ਪੰਜ ਕੈਮਰੇ ਲੱਗੇ, ਪਹਿਲਾਂ ਤਿੰਨ ਕੈਮਰੇ ਹੁੰਦੇ ਸੀ ਜਦੋਂ ਤਿੰਨ ਕੈਮਰੇ ਵੀ ਸੀਗੇ ਉਦੋਂ ਵੀ ਮੈਂ ਕਹਿੰਦਾ ਇਸ ਤਰ੍ਹਾਂ ਨਹੀਂ ਜਾ ਸਕਦਾ, ਮੇਰੇ ਪਿੱਛੇ ਆਡੀਅੰਸ ਕੋਈ ਖੜੀ ਹੋਣੀ ਚਾਹੀਦੀ ਸਾਨੂੰ, ਉਹ ਸਾਰਾ ਸਟਾਫ ਬੁਲਾ ਕੇ ਉਹਨਾਂ ਨੇ ਦੂਰਦਰਸ਼ਨ 'ਤੇ ਜਦੋਂ ਪਹਿਲੀ ਰਿਕਾਰਡਿੰਗ ਕੀਤੀ ਕੀ ਬਣੂ ਦੁਨੀਆ ਸੋਰੀ ਲਾਈਵ ਦੇ ਕਦਰ ਨਾਲ ਜਾਰੀ ਟੁੱਟ ਕੇ ਤੜਾਕ ਕਰਕੇ ਜਮ੍ਹਾਂ ਤਰ੍ਹਾਂ ਪ੍ਰੋਗਰਾਮ ਸੀ, ਤਾਂ ਉਹ ਸਾਰੀਆਂ ਕੁੜੀਆਂ ਚਿੜੀਆਂ ਸਭ ਆ ਕੇ ਸਾਹਮਣੇ ਖੜੀਆਂ ਮੁੰਡੇ 'ਚ, ਤਾਂ ਮੈਂ ਉਹਨਾਂ ਨੂੰ ਵੇਖ ਕੇ ਗਾਇਆ ਕੈਮਰੇ ਨੂੰ ਵੇਖ ਕੇ ਨਹੀਂ ਗਾਇਆ, ਕਿਉਂਕਿ ਮੈਨੂੰ ਸਾਹਮਣੇ ਸਰੋਤੇ ਚਾਹੀਦੇ, ਸਰੋਤੇ ਭਾਵੇਂ ਪੰਜ ਬੈਠੇ ਹੋਣ ਮੈਂ ਪੰਜ ਘੰਟੇ ਗਾ ਸਕਦਾ, ਮੈਂ ਕਿਸੇ ਦੇ ਪੰਜ ਮਿੰਟ ਵਾਸਤੇ ਵੀ ਗਿਆ ਤਾਂ ਮੈਂ ਘੰਟਾ ਵੀ ਗਾ ਸਕਦਾ,
ਚਾਹੇ ਪੈਸੇ ਤੇ ਬੁਲਾਇਆ ਗਿਆ ਜਾਂ ਨਹੀਂ ਬੁਲਾਇਆ ਗਿਆ, ਜਦੋਂ ਮੈਂ ਖੜਾ ਤੇ ਫਿਰ ਸਰੋਤਿਆਂ ਵਾਸਤੇ ਮੁਕੰਮਲ ਹੋਣੀ ਚਾਹੀਦੀ, ਪੂਰਨ ਹੋਣੀ ਚਾਹੀਦੀ। ਮਾਨ ਸਾਹਿਬ ਮੈਂ ਇੱਕ ਸਵਾਲ ਪੁੱਛਣਾ, ਤੁਹਾਨੂੰ ਕਾਫੀ ਸਮੇਂ ਤੋਂ ਲੰਬੇ ਸਮੇਂ ਤੋਂ, ਬਾਕੀ ਸਾਰਿਆਂ ਨੇ ਕਿਹਾ ਮੈਂ ਵੀ ਕਹਾਂਗੀ ਕਿ ਕਾਫੀ ਲੰਬੇ ਸਮੇਂ ਤੋਂ ਦੇਖ ਰਹੇ ਹਾਂ, ਮੈਂ ਤੁਹਾਨੂੰ ਪਹਿਲੀ ਵਾਰ ਸ਼ਾਇਦ ਦੇਖਿਆ ਸੀ ਜਦੋਂ ਮੈਂ ਸ਼ਾਇਦ ਕਲਾਸ 6 ਵਿੱਚ ਸੀ, ਤੇ ਉਦੋਂ ਨਜ਼ਦੀਕ ਤੋਂ ਟੀਵੀ ਤੇ ਜਾਂ ਉਸੇ ਨਹੀਂ, ਜਦੋਂ ਮੈਂ 6 ਕਲਾਸ ਸੀ ਤੇ ਕਿਸੇ ਭੋਗ ਤੇ ਆਏ ਸੀ ਤੁਸੀਂ ਸਾਡੇ ਕਾਲਜ ਪਟਿਆਲਾ ਦੇ ਵਿੱਚ, ਤੇ ਉਦੋਂ ਬੈਗ ਤੁਹਾਡੀ ਦੇਖੀ ਸੀ ਤੇ ਕਹਿੰਦੇ ਕਿ ਗੁਰਦਾਸ ਮਾਨ ਬੈਠੇ ਹੋਏ ਨੇ, ਤੇ ਅੱਗੇ ਆ ਕੇ ਦੇਖਿਆ ਬਾਕੀ ਹੈ ਉਹੀ ਗੁਰਦਾਸ ਮਾਨ ਸੀ ਜਿਹੜੇ ਕਿ ਦੂਰਦਰਸ਼ਨ ਤੇ ਅਸੀਂ ਗਾਉਂਦੇ ਹੁੰਦੇ, ਕਿਉਂਕਿ ਛੋਟੇ ਬੱਚੇ ਨੂੰ ਕਿਉਰੀਓਸਿਟੀ ਹੁੰਦੀ ਹੈ, ਪਰ ਉਹਦੇ ਬਾਅਦ ਉਦੋਂ ਜਿਹੜੀ ਆਵਾਜ਼ ਸੀ ਤੁਹਾਡੀ ਅੱਜ ਵੀ ਆਵਾਜ਼ ਦੀ ਖਰਕ ਉੱਠੀ ਹੈ ਤੁਹਾਡੀ ਸੇਮ ਹੈ। ਔਰ ਦੂਸਰੀ ਵੱਡੀ ਗੱਲ ਮੈਂ ਪੁੱਛਣਾ ਚਾਹੁੰਦੀ ਕਿ ਜਿਸ ਤਰੀਕੇ ਦੇ ਨਾਲ ਗਾਇਕੀ ਦੇ ਵਿੱਚ ਇੰਨੇ ਲੰਬੇ ਉਤਰਾਅ ਚੜ੍ਹਾਅ ਆਏ ਨੇ, ਖਾਸ ਕਰਕੇ ਤੁਸੀਂ ਜਿਹੜੇ ਮੇਲਿਆਂ 'ਚ ਤੁਹਾਨੂੰ ਦੇਖਦੇ ਹੋ ਨਵੇਂ ਗਾਇਕ ਜਿਹੜੇ ਆਏ ਨੇ ਕਾਫੀ ਤਰ੍ਹਾਂ, ਤੁਸੀਂ ਉਹਨਾਂ ਨੂੰ ਬਹੁਤ ਹੀ ਉੱਥੇ ਇਮੋਸ਼ਨਲ ਹੋ ਜਾਂਦੇ ਹੋ, ਨੂਰਾ ਸਿਸਟਰ ਗਾਉਂਦੀਆਂ ਨੇ, ਹੋਰ ਬਹੁਤ ਸਾਰੇ ਨੇ, ਔਰ ਉੱਥੇ ਤੁਹਾਨੂੰ ਨੱਚਦੇ ਦੇਖੀਦਾ, ਕਿਸ ਤਰੀਕੇ ਦੇ ਨਾਲ ਤੁਸੀਂ ਐਵੇਂ ਮਤਲਬ ਕਿ ਗਦਗਦ ਹੋਏ ਹੋਏ ਹੋ, ਪਰ ਫਿਰ ਵੀ ਨਿਘਾਰ ਵੀ ਬਹੁਤ ਆਇਆ ਗਾਇਕੀ ਦੇ ਵਿੱਚ, ਪੰਜਾਬੀ ਦੀ ਗਾਇਕੀ ਦੇ ਵਿੱਚ, ਅਤੇ ਉਸ ਨਿਘਾਰ ਨੂੰ ਲੈ ਕੇ ਜਾਂ ਤੁਸੀਂ ਕਿਵੇਂ ਆਪਣਾ ਜਿਹੜਾ ਸਮਾਂ ਦੇਖਿਆ ਨਵੇਂ ਗਾਇਕਾਂ ਨੂੰ ਕੀ ਕਹੋਗੇ, ਜਦਕਿ ਹਜੇ ਵੀ ਹੈ ਨੇ ਉਹ ਗਾਇਕ ਜਿਹੜੇ ਕਿ ਗਾਇਕੀ ਨੂੰ, ਕਲਾਕਾਰੀ ਨੂੰ ਜਾਂ ਸੂਫੀਜ਼ਮ ਨੂੰ ਜਾਂ ਉਹ ਜਿਹੜੀ ਇੱਕ ਉਹਦੀ ਜਿਹਨੂੰ ਕਹਿੰਦੇ ਨਾ ਨਬਜ਼ ਹੈਗੀ ਹੈ ਗਾਇਕੀ ਜਿਹਨੂੰ ਫੜ ਕੇ ਰੱਖੇ ਹੋਏ ਨੇ। ਇਸ ਤੋਂ ਪਹਿਲਾਂ ਕਿ ਜਿਹੜੇ ਨਵੇਂ ਗਾਇਕ ਹੈ ਉਹ ਪੁਰਾਣੇ ਹੋ ਜਾਣਗੇ, ਉਹਨਾਂ ਨੂੰ ਆਪਣੇ ਆਪ ਨੂੰ ਲੋਕਾਂ ਦਾ ਆਦਰਸ਼ ਬਣਾਇਆ, ਲੋਕਾਂ ਦੇ ਬੱਚਿਆਂ ਨੇ ਉਹਨਾਂ ਨੂੰ ਆਪਣਾ ਆਦਰਸ਼ ਮੰਨਿਆ, ਉਸ ਨੂੰ ਉਹਨਾਂ ਦੀ ਤਕੜੀ ਵਿੱਚ ਖੜਾ ਉਤਰਨ ਲਈ ਉਹਨਾਂ ਦੇ ਕੁਛ ਦੇਣਾ ਚਾਹੀਦਾ, ਉਹਨਾਂ ਨੂੰ ਇੱਕ ਸੇਧ ਵੀ ਦੇਣੀ ਚਾਹੀਦੀ, ਉਹ ਮਾਰਗਦਰਸ਼ਨ ਵੀ ਕੋਈ ਦੇਣਾ ਕਰਨਾ ਚਾਹੀਦਾ ਉਹਨਾਂ ਨੂੰ ਕਿ ਆਹ ਚੀਜ਼ ਕਰਨ ਲਈ ਮੈਂ ਇੰਨਾ ਮਤਲਬ ਕੁਛ ਕੀਤਾ ਹੈ ਤਾਂ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਕਰ ਸਕਦੇ ਹੋ, ਪ੍ਰਾਪਤ ਕਰ ਸਕਦੇ ਹੋ, ਕੋਈ ਇਹ ਕਿਸੇ ਦੇ ਉਹ ਚੀਜ਼ ਨਹੀਂ ਹੈ, ਮਤਲਬ ਯਕੀਨ ਦੇ ਨਾਲ ਹੈ, ਤੁਸੀਂ ਆਪਣੀ ਚੀਜ਼ ਨੂੰ ਆਪਣੀ ਮਿਹਨਤ ਨਾਲ, ਲਗਨ ਨਾਲ ਔਰ ਇੱਕ ਜਜ਼ਬੇ ਦੇ ਨਾਲ ਜਦੋਂ ਵੀ ਚੱਲੋਗੇ ਕੁਛ ਵੀ ਪ੍ਰਾਪਤ ਕਰ ਸਕਦੇ ਹੋ, ਉਹਨਾਂ ਦੇ ਮਾਰਗਦਰਸ਼ਨ ਕਰਨਾ ਚਾਹੀਦਾ, ਕਿਤੇ ਕਿਤੇ ਆਪਣੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚੋਂ ਇੱਕ ਚੀਜ਼ ਵਿੱਚ ਮਤਲਬ ਦਸਵਾਦੀ ਕੱਢ ਦਿੱਤਾ ਕਿ ਉਹਨਾਂ ਵਾਸਤੇ ਹੋ, ਉਹਨਾਂ ਦੇ ਪਿਆਰ ਸਤਿਕਾਰ ਵਾਸਤੇ, ਉਹਨਾਂ ਦੀ ਜ਼ਿੰਦਗੀ ਨੂੰ ਸੇਧ ਦੇਵੇ, ਉਹਨਾਂ ਦਾ ਜਿਹੜਾ ਅਧੂਰਾ ਪਣ ਹੈ ਨਾ ਬੱਚਿਆਂ ਲਈ, ਕਈ ਵਾਰੀ ਆਪਣੇ ਮਾਂ ਬਾਪ ਨਾਲ ਉਹ ਟੁੱਟੇ ਹੁੰਦੇ ਆ, ਫੋਨ 'ਤੇ ਵਿਚਾਰੇ ਲੱਗੇ ਰਹਿੰਦੇ, ਫੋਨ 'ਤੇ ਹੀ ਹੈਪੀ ਬਰਥਡੇ ਬੋਲਦਾ ਹੈ, ਫੋਨ 'ਤੇ ਵੀ ਵਿਸ਼ਸ ਦਿੰਦੇ ਨੇ, ਫੋਨ 'ਤੇ ਵਿਸ਼ਸ ਲੈਂਦੇ ਨੇ, ਸੋ ਉਹਨਾਂ ਨੂੰ ਜੋੜਨਾ ਬਹੁਤ ਜ਼ਰੂਰੀ, ਆਪਣੇ ਨਾਲ ਜੋੜਿਆ ਉਹਨਾਂ ਨੂੰ ਮਾਂ ਬਾਪ ਨਾਲ ਜੋੜਨ ਦੀ ਵੀ ਤਾਕੀਦ ਕਰਨੀ ਚਾਹੀਦੀ, ਆਪਣੇ ਕੰਮ ਨਾਲ ਆਪਣੇ ਅੰਦਰ ਦੇ ਜੋ ਸੈਲਫ ਦੇ ਨਾਲ ਜੋੜਨ ਦੀ ਬਹੁਤ ਜ਼ਰੂਰੀ। ਸੋ ਇਸ ਕਰਕੇ ਮੈਂ ਉਹ ਚਾਹੂੰਗਾ ਕਿ ਇਸ ਤੋਂ ਪਹਿਲਾਂ ਕਿ ਉਹ ਪੁਰਾਣੇ ਹੋ ਜਾਣ, ਆਪਣੇ ਆਪ ਨੂੰ ਨਵੇਲਾਪਨ ਰੱਖਣ ਲਈ ਉਹਨਾਂ ਨੂੰ ਬੱਚਿਆਂ ਨੂੰ ਕੁਛ ਨਾ ਕੁਛ ਦੇਣਾ ਚਾਹੀਦਾ, ਜ਼ਰੂਰ ਦੇਣਾ ਚਾਹੀਦਾ। ਜੇ ਤੁਹਾਡੇ ਕੋਲ ਹੈਗਾ, ਤੁਹਾਡੇ ਕੋਲ ਕਰਾਮਾਤ ਹੈ, ਤੁਹਾਡੇ ਕੋਲ ਕਲਮ ਹੈ, ਤੁਹਾਡੇ ਕੋਲ ਇਲਮ ਹੈ, ਇਸ ਵਾਰ ਤੁਸੀਂ ਇਹ ਤਾਂ ਵੱਡੀਆਂ ਵੱਡੀਆਂ ਜੰਗਾਂ ਲੜਾ ਦਿੱਤੀ, ਵੱਡੇ ਵੱਡੇ ਜਿਹੜੇ ਇਨਕਲਾਬ ਨੇ ਕਲਮ ਦੀ ਬਦੌਲਤ ਜਿੱਤੇ, ਤਲਵਾਰ ਦੇ ਬਾਅਦ ਚਾਹੁੰਦੀ। ਬੱਚੇ ਬਹੁਤ ਸਿਆਣੇ ਆ, ਤੁਸੀਂ ਉਹਨਾਂ ਨੂੰ ਸਮਝਾਓ, ਉਹ ਸਾਰਾ ਕੁਛ ਜਾਣਦੇ ਆ,
ਤੁਸੀਂ ਬਾਹਰੀ ਡਿਟੇਲ ਦੇ ਵਿੱਚ ਵੀ ਉਹਨਾਂ ਨੂੰ ਕੋਈ ਬਹੁਤਾ ਸਮਝਾਉਣ ਆ ਗਿਆ ਯਾਰ ਤੇਰੇ ਵਰਗੇ ਬੜੇ ਦੇਖ ਰਹੇ ਸਾਨੂੰ ਪਤਾ ਹੈ ਉਹ ਜਾਣ ਕੇ ਹਰ ਚੀਜ਼ ਜਾਣ ਸਕਦਾ ਮਗਰ ਜਜ਼ਬਾਤੀ ਤੌਰ 'ਤੇ ਕੁਛ ਕਈ ਵਾਰੀ ਪਿੱਛੇ ਰਹਿ ਜਾਂਦੇ ਆਪਾਂ ਜਿਹੜਾ ਕੁਛ ਇਸ ਵੇਲੇ ਚੱਲ ਰਿਹਾ ਅੰਗਰੇਜ਼ੀ ਪੰਜਾਬੀ ਹਿੰਦੀ ਇਹ ਜਿਹੜੀਆਂ ਲੈਂਗੁਏਜ ਸਾਰੀਆਂ ਇਕੱਠੀਆਂ ਕਰਕੇ ਉਹ ਜੋ ਬਣਾਉਂਦੇ ਆ ਉਹਨਾਂ ਦੇ ਮੁਤਾਬਕ ਬਣਾਉਂਦੇ ਆ ਜਿਹੜੇ ਗਾਇਕ ਹਨ ਸਿੰਗਰ ਹਨ ਆਪਣੇ ਆਪ ਨੂੰ ਤਾਂ ਕਿ ਉਹਨਾਂ ਦੇ ਨਾਲ ਇਨ ਟੱਚ ਰਹਿ ਉਹਨਾਂ ਦੇ ਨਾਲ ਜੁੜੇ ਰਹਿ ਉਹਨਾਂ ਵਰਗੀ ਗੱਲ ਕਰਨ ਅਸੀਂ ਆਪਣੇ ਉਹਨਾਂ ਵਰਗੇ ਬਜ਼ੁਰਗਾਂ ਵਰਗੀ ਗੱਲ ਕੀਤੀ ਸੀ ਤਾਂ ਕਿ ਅਸੀਂ ਬਜ਼ੁਰਗਾਂ ਦੇ ਨਾਲ ਅਸੀਂ ਉਹਨੂੰ ਕੋਈ ਨਚਾਵੇ ਮੁੰਡੇ ਕੁੜੀਆਂ ਅਸੀਂ ਨਚਾਏ ਬੰਦੇ ਆ ਬਾਬੇ ਅਸੀਂ ਨਚਾਈਏ ਜਾਂ ਮਹਿਫਲ ਦੇ ਵਿੱਚ ਜਾਂ ਬਾਬੇ ਜਾਂ ਬੁੜੀ ਤੁਸੀਂ ਜਿਹੜਾ ਨੱਚੋ ਬਾਬੇ ਅਸੀਂ ਉਸ ਵੇਲੇ ਇਹ ਗੱਲ ਕੀਤੀ ਸੀ ਕਿ ਬਾਬਿਆਂ ਨੂੰ ਵੀ ਨਾਲ ਲੈ ਕੇ ਹੁਣ ਵੀ ਅਸੀਂ ਉਹ ਗਾਇਆ ਗਏ ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਰੱਬ ਨੇ ਤੋਪ ਦਿੱਤੀ ਨਾ ਤੰਗੇ ਘਰ ਵਿੱਚ ਰੌਣਕ ਰੰਗ ਬਰੰਗੀ ਉਪਰੋਂ ਸਿਹਤ ਉਪਰੋਂ ਸਿਹਤ ਜਿਹਨਾਂ ਦੀ ਚੰਗੀ ਲੱਖ ਲੱਖ ਸ਼ੁਕਰ ਬਣਾਉਂਦੇ ਨੇ ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਬਾਬੇ ਜਦੋਂ ਫਿਰ ਨੱਚ ਕੇ ਉੱਠਦੇ ਬੱਚਿਆਂ ਨੂੰ ਦਿਖਾਉਂਦੇ ਆ ਵਾਕਈ ਬੱਚੇ ਉਸ ਤਰ੍ਹਾਂ ਦੀ ਬੈਠ ਕੇ ਨਹੀਂ ਮਾਰ ਸਕਦੇ ਜਿਹੜੀ ਬਾਬੇ ਮਾਰ ਜਾਂਦੇ ਹਾਂ ਮਿਸ ਕਰ ਹਰ ਵੇਲੇ ਉਹ ਨਾਲ ਰੱਖੀ ਹੈ ਜਾਂਦੇ ਜੀ ਦਾ ਕਿਉਂਕਿ ਉਹ ਅੰਦਰ ਸਾਂਭਣ ਯੋਗ ਹੈ ਪਟਿਆਲੇ ਜਦੋਂ ਅਸੀਂ ਹੁੰਦੇ ਸੀ ਤਾਂ ਹਾਕਮ ਸੂਫੀ ਜੀ ਤੁਸੀਂ ਸੁਣੇ ਹੋਣੇ ਬਹੁਤ ਪਿਆਰਾ ਨਾਮ ਸੀ ਬਹੁਤ ਪਿਆਰਾ ਗਾਇਕ ਸ਼ਾਇਰ ਵੀ ਬਹੁਤ ਕਮਾਲ ਦੇ ਪਿੰਡ ਦਾ ਸੀ ਮੇਰਾ ਗ੍ਰਾਹੀ ਸੀ ਉਹ ਨਾਭਾ ਕਾਲਜ ਦੇ ਵਿੱਚ ਉਸ ਵੇਲੇ ਬੈਂਕ ਟੀਚਰ ਦੀ ਤਿਆਰੀ ਕਰ ਰਿਹਾ ਸੀ ਮੈਂ ਫਿਜ਼ੀਕਲ ਟੀਚਰ ਦੀ ਤਿਆਰੀ ਕਰ ਰਿਹਾ ਸੀ ਉਹ ਕਹਿੰਦਾ ਯਾਰ ਮੈਂ ਤੂੰ ਵੀ ਲੈਣੀ ਮੈਂ ਵਿਚਾਰ ਆਪਾਂ ਚੱਲਦੇ ਨਾਗੀ ਹੁੰਦੇ ਸੀ ਨਾਗੀ ਦੀਆਂ ਦੋ ਪਰਿਵਾਰ ਹੁੰਦੇ ਸੀ ਉਦੋਂ ਇੱਕੋ ਹੀ ਹੁੰਦਾ ਸੀ ਉਹਨਾਂ ਦੀ ਦੁਕਾਨ ਹੁੰਦੀ ਸੀ ਉਹਦੇ 'ਤੇ ਜਾ ਕੇ ਅਸੀਂ ਗਏ ਅਤੇ ਉਹ ਆਪਣੀ ਟੋਪੀ ਦੇਖਣ ਲੱਗ ਗਿਆ ਮੈਨੂੰ ਇਹ ਟੰਗੀ ਪਈ ਦੇਖੀ ਡਫਲੀ ਉਹ ਚਮੜੇ ਦੀ ਹੁੰਦੀ ਸੀ ਉਸ ਵੇਲੇ ਉਸ ਤੋਂ ਬਾਅਦ ਇਹਦੇ 'ਤੇ ਉਹ ਮੇਰਾ ਖਿਆਲ ਹੈ ਕੁਛ ਹੋਰ ਤਰੀਕੇ ਦੀ ਬਣਾਏ ਜੇ ਆਧੁਨਿਕ ਤਰੀਕੇ ਨਾਲ ਮੈਂ ਉਸ ਵੇਲੇ ਉਹਨੂੰ ਚੱਕਿਆ ਉੱਤੇ ਮੈਂ ਅੰਗੂਠੇ ਦਾ ਖੋਲਾ ਜਿਹਾ ਮਾਰਿਆ ਉਹਦੇ 'ਤੇ ਉਹਦੇ ਜਦੋਂ ਓਮ ਦਾ ਉਚਾਰ ਨਹੀਂ ਅਤੇ ਅਸੀਂ ਜਦੋਂ ਹੁੰਦੇ ਸੀ ਨਾ ਕਾਲਜ ਦੇ ਵਿੱਚ ਜਦੋਂ ਸਾਨੂੰ ਫਰਮਾਇਸ਼ ਆਉਣੀ ਭਾਜੀ ਸੁਣਾਓ ਬਾਬੇ ਸੁਣਾਓ ਉਦੋਂ ਸੁਣਾਉਣੇ ਨਾਈ ਬੇਕਦਰਾ ਨਾਲ ਯਾਰੀ ਕੇ ਟੁੱਟੇ ਦੀ ਤੜਕ ਕਰੀ ਮੈਂ ਹੁਣ ਵਜਾ ਨਹੀਂ ਸਕਦਾ ਮੇਰੇ ਅੱਡਣ ਅਜੇ ਤੱਕ ਵੀ ਪਿਆ ਪਿਆ ਜੇਜ ਵਜਾਉਂਦੇ ਹੁੰਦੇ ਕਿਉਂਕਿ ਕਈ ਵਾਰੀ ਬੇਗ ਸਖਤ ਹੁੰਦਾ ਸੀ ਉਹਦੇ 'ਚੋਂ ਆਵਾਜ਼ ਕੱਢਣੀ ਜ਼ੋਰ ਦੀ ਮਾਰਨਾ ਪੈਂਦਾ ਕਈ ਵਾਰੀ ਉਹ ਸੌਫਟ ਲੈ ਸੌਫਟ ਜਿਹੜੀ ਲੱਕੜ ਹੁੰਦੀ ਸੀ ਉਹਦੇ 'ਚੋਂ ਥੋੜ੍ਹਾ ਜਿਹਾ ਮਾਰਨ ਵਾਲੇ ਹੁੰਦੇ ਅਤੇ ਇਹ ਤਾਂ ਫਿਰ ਚਮੜਾ ਸੀ ਕਿਉਂਕਿ ਜਿਹੜਾ ਬਣਿਆ ਇਸੇ ਵਾਸਤੇ ਪਹਿਲਾਂ ਮੈਂ ਬੋਲਦਾ ਰਹਿੰਦਾ ਬੱਕਰਾ ਜਦੋਂ ਟੁੰਬੀ 'ਤੇ ਚੜ੍ਹ ਜਾਂਦਾ ਫਿਰ ਪੌਂ 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 ਬੋਲਦਾ ਮੈਂ ਬੱਕਰੇ ਦੀ ਮਾਰ ਕੇ ਟੁੰਬੇ ਖੰਨ ਬਣਾਓ ਮੈਂ ਮਤਲਬ ਈਗੋ ਮੈਂ ਬੱਕਰੇ ਦੀ ਮਾਰ ਕੇ ਟੁੰਬੇ ਖੰਨ ਬਣਾਉਣ ਜਦ ਤੱਕ ਮੈਂ ਨਾ ਮਰੇ ਤੂੰ ਬੋਲੇ ਗਾਉਣ ਸੁਣਦੀ ਮੈਂ ਮਰੀ ਮਈਆਂ ਲੱਖ ਕਰੋੜ ਸੁਣਦੀ ਮੈਂ ਮਰੀ ਮੈਂ ਸੁਣਦੀ ਮੈਂ ਮਰੀ ਮਰੀਆਂ ਲੱਖ ਕਰੋੜ ਜਿਸ ਨੂੰ ਸੁਣਨਾ ਆ ਗਿਆ ਉਹ ਬੋਲਣ ਦੀ ਕੀ ਲੋੜ ਚੱਲ ਬਣ ਜਾ ਰਿਹਾ ਮਾਨ ਸਾਹਿਬ ਇੱਧਰ ਜੀ
ਮਾਨ ਸਾਹਿਬ ਇੱਕ ਦੌਰ ਸੀ ਜਦੋਂ ਟਰੱਕਾਂ ਦੇ ਟਰੱਕ ਕੈਸ ਕਰਦੇ ਗਏ ਟਰੱਕ ਬਣ ਕੇ ਆ ਗਿਆ ਟਰੱਕ ਨਿਕਲ ਗਿਆ ਤੇ ਡਿਸਟ੍ਰੀਬਿਊਟਰ ਨੂੰ ਫੋਨ ਕਰਦੇ ਕੀ ਰਿਪੋਰਟ ਹੈ ਉਹ ਕਹਿੰਦੇ ਭਾਜੀ ਮਾਲ ਨੀ ਪੂਰਾ ਹੋ ਰਿਹਾ ਉਸ ਦੌਰ ਦੀ ਇੱਕ ਯਾਦ ਮੈਂ ਜ਼ਰੂਰ ਸੁਣਨਾ ਚਾਹੂੰਗਾ ਤੁਹਾਡੇ ਕੋਲ ਜਦੋਂ ਤੁਹਾਡੇ ਐਲ ਪੀ ਰਿਕਾਰਡ ਵੀ ਵਿਕਦੇ ਸੀ ਤੇ ਟੇਪਾਂ ਵੀ ਨਹੀਂ ਕਿਉਂਕਿ ਅੱਜ ਦੀ ਜਨਰੇਸ਼ਨ ਤੁਹਾਡੀ ਟੇਪ ਹੀ ਨਹੀਂ ਵੇਖੀ ਹੋਣੀ ਵੀ ਉਹ ਕੈਸਟ ਹੀ ਨਹੀਂ ਵੇਖੀ ਹੋਣੀ ਕਿਉਂਕਿ ਕੈਸਟਾਂ ਦਾ ਰਿਵਾਜ਼ ਨਹੀਂ ਹੋਣ ਤਾਂ ਯੂਟਿਊਬ ਦਾ ਜ਼ਮਾਨਾ ਆ ਗਿਆ ਡਿਜੀਟਲ ਜ਼ਮਾਨਾ ਮੈਂ ਚਾਹੁੰਦਾ ਵੀ ਕੋਈ ਯਾਦ ਸਾਂਝੀ ਕਰੋ ਵੀ ਜਦੋਂ ਤੁਹਾਡਾ ਗੀਤ ਆਇਆ ਤੇ ਟਰੱਕ ਬਣਿਆ ਤੇ ਭਰਾ ਟਰੱਕ ਬਣਿਆ ਤੇ ਭਰਾ ਮਤਲਬ ਡਿੱਗ ਗਿਆ ਉਹ ਯਾਦ ਮੈਂ ਚਾਹੁੰਦਾ ਵੀ ਤੁਸੀਂ ਸਾਂਝੀ ਕਰੋ ਸਰ ਉਹ ਕਿਹੜਾ ਗੀਤ ਸੀ ਭਰਾ ਉਹ ਗੀਤ ਸੀ ਦਿਲ ਦਾ ਮਾਮਲਾ ਦਿਲ ਦਾ ਮਾਮਲਾ ਹੈ ਮਾਮਲਾ ਗੜਬੜ ਹੈ ਪੀੜ ਤੇਰੇ ਜਾਣ ਦੀ ਸੱਜਣਾ ਦੇ ਸੱਜਣਾ ਤੇਰੇ ਸ਼ਰ ਵਾਲੇ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਸੱਜਣਾ ਵੇ ਨਹੀਂ ਉਹ ਝਗੜੇ ਕਰੀਂਦੇ ਇੰਝ ਨਹੀਂ ਕਰੀਂਦੇ ਇਹ ਗੀਤ ਜਦੋਂ ਮਤਲਬ ਪਹਿਲੀ ਵਾਰੀ ਆਏ ਉਹਨਾਂ ਨੂੰ ਗੀਤਾਂ ਨੂੰ ਲੈ ਕੇ ਹੀ ਹਰੀਦੱਤ ਜੀ ਨੇ ਫਿਲਮ ਬਣਾ ਦਿੱਤੀ ਮਾਮਲਾ ਗੜਬੜ ਹੈ ਮਗਰ ਦਿਲ ਦਾ ਮਾਮਲਾ ਸੀ ਉਹਦਾ ਨਾਮ ਮਗਰ ਦਿਲ ਦਾ ਮਾਮਲਾ ਮੇਹਰ ਮਿੱਤਲ ਜੀ ਨੇ ਜਿਹੜੇ ਸਾਡੇ ਕਾਮੇਡੀਅਨ ਟੋਪ ਦੇ ਕਾਮੇਡੀਅਨ ਲਏ ਉਹਨਾਂ ਨੇ ਆਪਣੇ ਨਾਮ 'ਤੇ ਰਜਿਸਟਰ ਕਰਵਾ ਲਿਆ ਕਿ ਮੈਂ ਫਿਲਮ ਬਣਾਉਣੀ ਉਹਦਾ ਨਾਂ ਰੱਖੂੰਗਾ ਦਿਲ ਦਾ ਮਾਮਲਾ ਹੁਣ ਸਾਨੂੰ ਹੁਣ ਨਾਂ ਨਾ ਸੀ ਫਿਲਮ ਦਾ ਉਹ ਕਹਿੰਦੇ ਚਲੋ ਫਿਰ ਆਪਾਂ ਕਰਦੇ ਦਿਲ ਦਾ ਮਾਮਲਾ ਤਾਂ ਨਹੀਂ ਮਿਲਿਆ ਹੁਣ ਚਲੋ ਮਾਮਲਾ ਗੜਬੜ ਲਾ ਦੇ ਉਹ ਫਿਰ ਉਹਦੇ ਸਾਰੇ ਗਾਣੇ ਜਿਹੜੇ ਮੇਰੇ ਪ੍ਰਚਲਿਤ ਸੀਗੇ ਮਸ਼ਹੂਰ ਸੀ ਉਹ ਟਰੱਕਾਂ ਵਾਲੇ ਉਹ ਜਿਹੜੇ ਮੈਂ ਟਰੱਕ ਲੋਡ ਹੁੰਦੇ ਸੀ ਅਤੇ ਵਿਕ ਜਾਂਦੇ ਸੀਗੇ ਬੜੀ ਕਿਰਪਾ ਸੀ ਮਹਾਰਾਜ ਜਦੋਂ ਮੋਹਰ ਲੱਗਦੀ ਹੈ ਨਾ ਉਹਦੀ ਸੱਚੀ ਸਰਕਾਰ ਦੀ ਸੌ ਰੱਬ ਦੀ ਬਲੀ ਨਹੀਂ ਹੋ ਸਕਦਾ ਜਦ ਤੱਕ ਲੱਗਦੀ ਮੋਹਰ ਸਰਕਾਰ ਦੀ ਸੋ ਮੋਹਰ ਐਸੀ ਲੱਗੀ ਵੀ ਦਿਲ ਦੇ ਮਾਮਲੇ ਦੇ ਉੱਤੇ ਕਿਉਂਕਿ ਦੂਰਦਰਸ਼ਨ ਤੋਂ ਸ਼ੁਰੂ ਹੈ ਮੇਰਾ ਦੂਰਦਰਸ਼ਨ ਜਿਹੜਾ ਅਕੀਦਾ ਹੈ ਮੇਰੀ ਬੰਦਗੀ ਹੈ ਪੂਜਾ ਹੈ ਪਾਠ ਹੈ ਕਿਉਂਕਿ ਉੱਥੋਂ ਹੀ ਤਾਂ ਮੇਰਾ ਸ਼ੁਰੂਆਤ ਹੋਇਆ ਸੀ ਮੈਂ ਅਜੇ ਵੀ ਜਦੋਂ ਜਾਂਦਾ ਉੱਥੇ ਪਹਿਲਾਂ ਨਮਸਕਾਰ ਉਹਦੀ ਦੇਹੜੀ ਨੂੰ ਕਰਦਾ ਉਹਦੀ ਦੇਹੜੀ 'ਤੇ ਮੱਥਾ ਟੇਕਦਾ ਇਸ ਜਗ੍ਹਾ ਤੋਂ ਮੇਰੀ ਰੋਟੀ ਰੋਜ਼ੀ ਸ਼ੁਰੂ ਹੋਈ ਇਸ ਰੋਟੀ ਤੋਂ ਇਸ ਜਗ੍ਹਾ ਤੋਂ ਮੈਨੂੰ ਮਾਣ ਸਤਿਕਾਰ ਮਿਲਿਆ ਇਹ ਚੀਜ਼ਾਂ ਮਤਲਬ ਉਸ ਵੇਲੇ ਦੀਆਂ ਮੈਂ ਹੁਣ ਬਿਆਨ ਨਹੀਂ ਕਰ ਸਕਦਾ ਕਿ ਉਹ ਟਰੱਕ ਜਿਹੜੇ ਜਾਂਦੇ ਸੀ ਕਿ ਉਹ ਕੈਸਟ ਜਿਹੜੀ ਹੁੰਦੀ ਸੀ ਉਹਦਾ ਕੈਸਟ ਦਾ ਸਵਾਦ ਬੜਾ ਹੁੰਦਾ ਕਿਤੇ ਉਹ ਟੇਢੀ ਵੀ ਹੋ ਜਾਂਦੀ ਸੀ ਫਿਰ ਪੈਨਸਲ ਪਾ ਕੇ ਨਾ ਉਹਦੇ